ਅਮਰੀਕਾ ਦੀ ਟੈਕਨੋਲੋਜੀ ਕੰਪਨੀ ਐਪਲ ਨੇ ਆਪਣਾ ਪਹਿਲਾ ਅਜਿਹਾ ਮੈਕ ਸਿਸਟਮ ਲਾਂਚ ਕੀਤਾ ਹੈ ਜੋ ਐਪਲ ਵੱਲੋਂ ਹੀ ਡਿਜ਼ਾਈਨ M1 ਚਿੱਪ ਦੇ ਨਾਲ ਚੱਲੇਗਾ। ਸਾਲ 2006 ਤੋਂ ਹੁਣ ਤੱਕ ਐਪਲ ਦੇ ਮੈਕ ਸਿਸਟਮ ਇੰਟੈਲ ਪ੍ਰੋਸੈਸਰ ਦੇ ਨਾਲ ਚੱਲ ਰਹੀ ਸੀ। ਜੂਨ ਮਹੀਨੇ ਐਪਲ ਨੇ ਐਲਾਨ ਕੀਤਾ ਸੀ ਕਿ ਇੰਟੈਲ ਪ੍ਰੋਸੈਸਰ ਦਾ ਬਦਲ ਲਿਆਂਦਾ ਜਾਏਗਾ। ਭਾਰਤੀ ਸਮੇਂ ਮੁਤਾਬਕ 10 ਨਵੰਬਰ ਦੀ ਰਾਤ ਨੂੰ ਬਕਾਇਦਾ ਇੱਕ ਈਵੈਂਟ ਦੇ ਵਿੱਚ ਐਪਲ ਨੇ ਇਹ ਨਵਾਂ ਮੈਕ ਸਿਸਟਮ ਲਾਂਚ ਕੀਤਾ। ਐਪਲ ਦਾ ਕਹਿਣਾ ਹੈ ਕਿ M1 ਚਿੱਪ ਦਾ ਫਾਇਦਾ ਇਹ ਹੋਏਗਾ ਕਿ ਇੱਕ ਤਾਂ ਮੈਕ ਸਿਸਟਮਸ ਦੀ ਬੈਟਰੀ ਲਾਈਫ ਵਧੇਗੀ, ਇਸ ਤੋਂ ਇਲਾਵਾ ਸਲੀਪ ਮੋਡ ਤੋਂ ਜਦੋਂ ਤੁਸੀਂ ਮੈਕ ਔਨ ਕਰਦੇ ਹੋ ਤਾਂ ਕਾਫੀ ਟਾਈਮ ਲੱਗਦਾ ਹੈ, ਪਰ ਇਸ M1 ਚਿੱਪ ਦੇ ਨਾਲ ਇੰਸਟੈਂਟਲੀ ਵਰਕਿੰਗ ਮੋਡ ਦੇ ਵਿੱਚ ਮੈਕ ਆ ਜਾਏਗਾ ਅਤੇ ਇਸ ਦੇ ਨਾਲ ਹੀ iOS ਐਪਲੀਕੇਸ਼ਨਸ ਚੱਲਣ ਦੀ ਸਮਰੱਥਾ ਵੀ ਵਧੀਆ ਹੋਏਗੀ। ਨਵੇਂ ਲਾਂਚ ਹੋਏ ਇਹਨਾਂ ਮੈਕ ਸਿਸਟਮਸ ਦੇ ਵਿੱਚ ਪਹਿਲੀਆਂ ਮੈਕਬੁੱਕਸ ਦੇ ਨਵੇਂ ਰੂਪ ਵੀ ਹੋਣਗੇ, ਜਿਵੇਂ ਕਿ 13-ਇੰਚ ਦੀ ਮੈਕਬੁੱਕ ਏਅਰ ਨੂੰ ਹੁਣ ਪ੍ਰੋਸੈਸਰ ਠੰਡਾ ਰੱਖਣ ਦੇ ਲਈ ਫੈਨ ਦੀ ਲੋੜ ਨਹੀਂ ਹੋਏਗੀ, ਅਤੇ 13-ਇੰਚ ਮੈਕਬੁੱਕ ਪ੍ਰੋ ਹੁਣ ਇੱਕ ਵਾਰ ਬੈਟਰੀ ਚਾਰਜ ਕਰਕੇ 20 ਘੰਟਿਆਂ ਤੱਕ ਵੀਡੀਓ ਪਲੇ ਕਰ ਸਕਦਾ, ਯਾਨੀ ਕਿ ਪਹਿਲਾਂ ਤੋਂ ਦੁੱਗਣੀ ਬੈਟਰੀ ਲਾਈਫ। ਨਵੇਂ ਮੈਕਬੁੱਕ 16 GB ਮੈਮਰੀ ਵਾਲੇ ਆਏ ਨੇ, ਜੋ ਕਿ ਇੰਟੈਲ ਬੇਸਡ ਮੈਕਬੁੱਕ ਪ੍ਰੋ ਦੀ ਤੁਲਨਾ 'ਚ ਅੱਧੀ ਰੈਮ ਹੈ ਅਤੇ ਮੈਕ ਮਿਨੀ ਦੀ ਮੈਮਰੀ ਨਾਲੋਂ 1/4। ਜ਼ਿਆਦਾ ਮੈਮਰੀ ਵੀਡੀਓ ਐਡੀਟਿੰਗ ਅਤੇ ਗੇਮਿੰਗ ਸੋਫਟਵੇਅਰਸ ਦੇ ਲਈ ਫਾਇਦੇਮੰਦ ਰਹਿੰਦੀ ਹੈ। ਐਪਲ ਨੇ ਆਪਣੀ ਵੈਬਸਾਈਟ 'ਤੇ ਦੱਸਿਆ ਹੈ ਕਿ ਹੁਣ ਤੋਂ ਵਿਕਣ ਵਾਲੀਆਂ ਸਾਰੀਆਂ ਮੈਕਬੁੱਕ ਏਅਰ M1 ਚਿੱਪ ਵਾਲੀਆਂ ਹੀ ਹੋਣਗੀਆਂ, ਜਦਕਿ ਮੈਕਬੁੱਕ ਪ੍ਰੋ ਅਤੇ ਮੈਕ ਮਿਨੀ ਦੇ ਵਿੱਚ ਇੰਟੈਲ ਪ੍ਰੋਸੈਸਰ ਦਾ ਵੀ ਬਦਲ ਹੋਏਗਾ। ਇਹ ਨਵੇਂ ਮੈਕ ਸਿਸਟਮ ਅਗਲੇ ਹਫ਼ਤੇ ਤੋਂ ਵਿਕਣ ਦੇ ਲਈ ਤਿਆਰ ਹੋਣਗੇ।